ਗੁਰੂਵਾਰੀ ਸਾਧ ਸੰਗਤ ਜੀਓ ਆਪ ਜੀ ਦਾ ਬੜੀ ਕਿਰਪਾ ਹੈ ਜਿਹੜੇ ਤੇ ਆਪ ਤੇ ਸਿਰ ਤੇ ਹੱਥ ਰੱਖ ਕੇ ਗੁਰੂ ਮਹਾਰਾਜ ਤੋਂ ਸੇਵਾ ਲੈ ਰਹੇ ਆ ਇਸ ਕੰਮ ਵਾਸਤੇ ਨਹੀਂ ਤਾਂ ਗੁਰੂ ਮਹਾਰਾਜ ਨੂੰ ਕੋਈ ਲੋੜ ਨਹੀਂ ਉਹ ਆਪਣੇ ਗਰੀਬਾਂ ਤੇ ਮਿਹਰ ਕਰ ਰਿਹਾ ਇਹ ਸੇਵਾ ਲੈ ਕੇ ਹੋਰ ਆਪਾਂ ਕਿਸੇ ਜੋਗੇ ਨਹੀਂ ਵੀ ਕੁਝ ਕਰ ਸਕੀਏ ਉਹ ਵੀ ਮਹਾਰਾਜ ਵਾਸਤੇ ਤੇ ਇੱਕ ਜੀਜ ਦੋ ਕ ਸੁਝਾਅ ਸਾਰੇ ਆਪੋ ਆਪਣੇ ਦਿਓ ਵੀ ਇਹਨੂੰ ਆਪਾਂ ਅੱਗੇ ਕੰਟੀਨਿਊ ਤੇ ਕਿਵੇਂ ਉਹਦੇ ਤੇ ਪ੍ਰੈਸ਼ਰ ਪਾ ਸਕਦੇ ਆ ਦੋ ਕ ਸੁਝਾਅ ਮੇਰੇ ਤੁਸੀਂ ਵੀ ਆਪੋ ਆਪਣੇ ਸੁਝਾਅ ਦਿਓ ਇੱਕ ਤਾਂ ਹੈਗਾ ਵੀ ਜਿਹੜਾ ਆਪਾਂ ਇਹ ਮੋਰਚਾ ਭਲਾ ਪੰਜ ਜਾਂ ਸੱਤ ਜਾਂ ਦੋ ਜਾਂ ਕਿੰਨੇ ਵੀ ਸਰੀਰ ਹੈ ਸਕਦੇ ਆ ਜੇ ਹੋ ਸਕਦਾ ਹੋਵੇ ਤਾਂ ਇੱਥੇ ਆਪਾਂ ਪੱਕਾ ਰੱਖੀਏ ਜਿੰਨਾ ਚਿਰ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਤੇ ਦੂਸਰਾ ਹੈਗਾ ਵੀ ਇਥੇ ਜੇ ਨੇੜੇ ਦੇ ਗੁਰਦੁਆਰੇ ਦਿਨੇ-ਦਿਨੇ ਮੋਰਚਾ ਰੱਖੋ ਤੇ ਇਥੇ ਨੇੜੇ ਦੇ ਗੁਰਦੁਆਰੇ ਜਾਂ ਮੋਟਰ ਜਿਹੜੇ ਵੀ ਕੋਈ ਜਿਹਦੇ ਕੋਲ ਵੀ ਟਾਈਮ ਹੈਗਾ ਉਹ ਦਿਨੇ-ਦਿਨੇ ਇਥੇ ਸਵੇਰ ਦੇ 9 ਜਾਂ 7-8 ਵਜੇ ਤੋਂ ਲਾ ਕੇ ਸ਼ਾਮ ਦੇ 8-9 ਵਜੇ ਤੱਕ ਦਿਨੇ-ਦਿਨੇ ਜਿਵੇਂ ਭਾਈ ਜਗਰੂਪ ਸਿੰਘ ਜੀ ਕਹਿੰਦੇ ਸੀ ਵੀ ਆਪਾਂ ਜੀ ਇਥੇ ਬਹਿਣ ਨਹੀਂ ਦੇਣਾ ਕਿਸੇ ਨੇ ਉਹਨੂੰ ਤਾਂ ਆਪਾਂ ਤੁਰ ਫਿਰ ਕੇ ਕਰ ਸਕਦੇ ਹਾਂ ਤੇ ਬਾਕੀ ਜੇ ਕੋਈ ਵੀ ਹੋਰ ਸੁਝਾਅ ਆਉਂਦਾ ਕਿਸੇ ਦਾ ਤਾਂ ਉਹ ਵੀ ਬਾਕੀ ਜੱਟੀਆਂ ਵੀ ਹੈਗੀਆਂ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਆ ਇਹ ਚੀਜ਼ ਦਾ ਕੋਈ ਭੁੱਲਿਆ ਨਹੀਂ ਹੈਗਾ ਪਰ ਆਪਾ ਫਸੇ ਹੀ ਇੰਨੇ ਐ ਅਮਰੀਕਾ ਚ ਇੰਨੇ ਕੰਮਕਾਰਾਂ ਚ ਕਿ ਕਿਸੇ ਦੇ ਕੋਲੇ ਵੀ ਟਾਈਮ ਹੈ ਨਹੀਂਗਾ ਤਾਂ ਕਰਕੇ ਵੰਡ ਕੇ ਆਪੋ ਆਪਣੇ ਜਿੰਨੇ ਵੀ ਸਰੀਰ ਕੋਈ ਆ ਸਕਦਾ ਜਦੋਂ ਵੀ ਸ਼ਾਮ ਨੂੰ ਦੁਪਹਿਰੇ ਜਦੋਂ ਵੀ ਆ ਸਕਦਾ ਤੇ ਉਹ ਆਓ ਤੇ ਇੰਨਾ ਕੰਮ ਜ਼ਰੂਰ ਕਰੀਏ ਬਾਕੀ ਜਿਹੜੀ ਰਹਿ ਗਈ ਗੱਲ ਇਹ ਕਿਉਂ ਹੋ ਰਿਹਾ ਆਪਣੇ ਨਾਲ ਇਹ ਹੋਰ ਕਿਸੇ ਨਾਲ ਨਹੀਂ ਹੁੰਦਾ ਇੰਨੀਆਂ 400 ਬੇਅਦਬੀਆਂ ਪਿੱਛੇ ਪੰਜਾਂ ਸਾਲਾਂ ਚ ਹੋਈਆਂ 400 ਤੋਂ ਵੱਧ ਤੇ ਉਹ ਤੋਂ ਪਹਿਲਾਂ ਵੀ ਹੋਈਆਂ ਤੇ ਹੁੰਦੀਆਂ ਹੀ ਰਹਿੰਦੀਆਂ ਇਹ ਕਿਉਂ ਹੁੰਦੀਆਂ ਸਿੱਖਾਂ ਨਾਲ ਇਹ ਜਿੱਥੋਂ ਤੱਕ ਮੈਨੂੰ ਸਮਝ ਲੱਗੀ ਆ ਇਹ ਬਿਆਦਬੀਆਂ ਉਹ ਕਰਦਾ ਜਿਹਨੂੰ ਇਹਦਾ ਫਾਇਦਾ ਜਿੱਥੋਂ ਤੱਕ ਲੱਗੀ ਸਮਝ ਮੈਨੂੰ ਤਾਂ ਲੱਗਦਾ ਵੀ ਨਾ ਮੁਸਲਮਾਨਾਂ ਜਾਂ ਹਿੰਦੂਆਂ ਨੂੰ ਇਹਦੇ ਵਿੱਚ ਕੋਈ ਫਾਇਦਾ ਤੇ ਇਹ ਜਿਹੜਾ ਬੰਦੇ ਨੂੰ ਫਾਇਦਾ ਹੈ ਜਿਹੜਾਂ ਦਾ ਧਰਮ ਵਧੂਗਾ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਬਣਾ ਕੇ ਉਹਨੂੰ ਫਾਇਦਾ ਹੈ ਤੇ ਉਹ ਆਪਾਂ ਕਿਤਾਬ ਕਾਲਾ ਕੰਮ ਹੋਣ ਨਹੀਂ ਦੇਣਾ ਉਹਨੂੰ ਲੈ ਪੈ ਰਹੀਆਂ ਚ ਬਾਥਰੂਮਾਂ ਚ ਮੋਟਲਾਂ ਚ ਸਾਰੇ ਥਾਂ ਪਏ ਹੋਣ ਤੇ ਉਹਦੇ ਤੇ ਅਮਲ ਹੋਣਾ ਨਹੀਂ ਨਾ ਕਿਸੇ ਨੇ ਪੜਨਾ ਤੇ ਆਪਣਾ ਜਿਹੜਾ ਆਹ ਟਾਈਮ ਆਪਾਂ ਨੂੰ ਮਿਲਿਆ 2 4 10 ਸਾਲ ਇਹ ਆਪਣੇ ਟਾਈਮ ਜਿਹੜਾ ਕੁਝ ਹੋ ਰਿਹਾ ਜੇ ਆਪਾਂ ਨਾ ਹਿੱਸਾ ਪਾਇਆ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹੁਣ ਦੇਖ ਹੀ ਲਓ ਕਿੰਨੇ ਕ ਆਏ ਆਪਣੇ ਜਵਾਕ ਜਾਂ ਹੋਰ ਕੋਈ ਆਇਆ ਅੱਜ ਕਿਹੜਾ ਸਕੂਲ ਸੀ ਵੀ ਬੱਚੇ ਆ ਨਹੀਂ ਸੀ ਸਕਦੇ ਉਹਨਾਂ ਦਾ ਤਾਂ ਜਮਾਂ ਹੀ ਸ਼ਰਧਾ ਟੁੱਟ ਜਾਣੀ ਆ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਕ ਆਪਣੇ ਚ ਨਿਤਨੇਮੀ ਤੇ ਕਿੰਨੇ ਕ ਅਮਰਤਾਰੀ ਆ 2 ਕਰੋੜ ਚ ਜੇ ਉਹਨਾਂ ਦੇ ਵਿੱਚੋਂ ਇੰਨਿਆਂ ਚੋਂ ਆਪਾਂ ਪੂਰਾ ਨਿਤਨੇਮੀ ਤੇ ਅਮਰਤ ਨਹੀਂ ਸ਼ੱਕ ਸਕਦੇ ਤੇ ਆਪਣੇ ਬੱਚੇ ਜਿਨ੍ਹਾਂ ਨੂੰ ਸ਼ਰਦਾ ਹੀ ਨਹੀਂ ਕੋਈ ਕਹਾਣੀਆਂ ਤੇ ਇਤਿਹਾਸ ਤੇ ਸਾਰਾ ਕੁਝ ਆਪਣਾ ਰੋਲਤਾ ਕਿ ਉਹ ਸਾਰੇ ਤੋਂ ਸ਼ਰਦਾ ਤੋੜਤੀ ਪਹਿਲਾਂ ਦਸਮ ਗ੍ਰੰਥ ਤੇ ਲੱਗੇ ਉਹ ਵੀ ਜਿਹੜੇ ਵੀ ਚਾਰ ਖੜਕੂ ਸਿੰਘ ਆ ਅਣਖਾਲੇ ਆ ਦਸਮ ਗ੍ਰੰਥ ਤੋਂ ਬਣਦੇ ਆ ਬਾਣੀਆਂ ਪੜ ਕੇ ਉਹਦੇ ਤੋਂ ਦਵੱਲੋ ਪਹਿਲਾਂ ਉਹਦੇ ਤੇ ਜਦੋਂ ਚੁੱਪਰੇ ਆਪਸ ਵਿੱਚ ਲੜਾਤਾ ਆਪਾਂ ਨੂੰ ਮਸ਼ੀਨਰੀ ਇੱਧਰ ਕਰਕੇ ਦੂਜੇ ਕਮੇਟੀਆਂ ਤੇ ਰੋਲੇ ਇੱਧਰ ਪਰ ਕੇ ਧੁੰਦਿਆਂ ਨੂੰ ਲਾਤਾ ਸਾਰਿਆਂ ਨੂੰ ਲਾਤਾ ਡੋਡੀ ਆਪਾਂ ਨੂੰ ਲੜਾ ਕੇ ਤੇ ਆਪਾਂ ਨੂੰ ਜਿਹੜੇ 4-5 ਅਣਖੀ ਸੀਗੇ ਥੋੜੇ ਜੇ 1% ਵੀ ਨਹੀਂ ਹੋਣੇ ਉਹ ਵੀ ਸਾਰੇ ਸਮਾਪਤ ਕਰ ਤੇ ਸਮਝ ਲਓ ਹੁਣ ਉਹ ਤੋਂ ਬਾਅਦ ਉਹਨਾਂ ਨੇ ਇਤਿਹਾਸ ਤੇ ਮਾਈ ਭਾਗੌਰ ਦਾ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਭਾਈ ਗਰਦਾਰ ਜੀ ਦੀਆਂ ਵਾਰਾਂ ਸਾਰਾ ਕੁਝ ਦੇਖ ਲਿਆ ਕਰਕੇ ਫੇਰ ਉਦੋਂ ਬਾਅਦ ਦੇਖ ਲਿਆ ਤੇ ਬਾਕੀ ਨਸ਼ੇ ਜਿਹੜੇ ਵੀ ਮਾੜਾ ਮੋਟਾ ਨਸ਼ੇ ਦੇ ਆਦੀ ਜਦੋਂ ਹੋ ਜੇ ਬੱਚਾ ਜਾਂ ਕੋਈ ਵੀ ਉਹਦੇ ਚ ਕੋਈ ਅਣਖ ਨਹੀਂ ਰਹਿੰਦੀ ਉਹਨੂੰ ਨਸ਼ਾ ਭਾਲਣ ਦਾ ਹੀ ਰਹਿੰਦਾ ਵੀ ਹੁਣ ਮੈਂ ਕਿਵੇਂ ਨਾ ਕਿਵੇਂ ਸ਼ਾਮ ਤੱਕ ਕਿਤੋਂ ਭਲਾ ਚੋਰੀ ਕਰਕੇ ਕਿੰਨੀਆਂ ਚੋਰੀਆਂ ਹੁੰਦੀਆਂ ਇੰਡੀਆ ਚ ਹੁਣ ਘਰੋਂ ਖੋ ਕੇ ਲੈ ਜਾਂਦੇ ਵੀ ਕਿਵੇਂ ਨਾ ਕਿਵੇਂ ਆਪਾਂ ਆਥਨ ਦਾ ਪ੍ਰਬੰਧ ਕਰਾਂ ਉਹ ਗੁਰੂ ਗ੍ਰੰਥ ਸਾਹਿਬ ਤੇ ਕੋਮਾਂ ਵਾਸਤੇ ਕੀ ਕਰ ਸਕਦਾ ਕੁਛ ਵੀ ਨਹੀਂ ਕਰ ਸਕਦਾ ਨਾ ਆਪਦੇ ਬੱਚਿਆਂ ਵਾਸਤੇ ਤੇ ਮਾਂ ਪਿਓ ਵਾਸਤੇ ਤਾਂ ਉਹਨੇ ਸੋਚਣਾ ਹੀ ਕੀ ਆ ਤੇ ਕੌਮ ਤਾਂ ਦੂਰ ਦੀ ਗੱਲ ਆ ਤੇ ਹੁਣ ਇਹ ਆ ਆਪਾਂ ਨੂੰ ਦੇਖਣਾ ਚਾਹੀਦਾ ਵੀ ਇਹ ਫਾਇਦਾ ਕਿਹਨੂੰ ਹੋ ਰਿਹਾ ਕਿਹੜਾ ਆਪਦਾ ਧਰਮ ਵਧਾ ਰਿਹਾ ਉੱਥੇ ਲਾ ਜਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਕਰਕੇ ਉਹਦਾ ਆਪਾਂ ਕਰ ਕੁਛ ਨਹੀਂ ਸਕਦੇ ਓਲੇ ਓਲੇ ਕਰ ਰਹੇ ਆ ਵਿੱਚੋਂ ਆ ਵੀ ਰਹੀਆਂ ਥੋੜੀਆਂ ਕੰਸੋਆਂ ਪਰ ਉਹਦਾ ਆਪਾਂ ਕਰ ਕੁਛ ਨਹੀਂ ਸਕਦੇ ਇੱਕੋ ਹੀ ਕੰਮ ਆ ਵੀ ਜਿਹੜਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਹੁੰਦੀ ਆ ਜਾਂ ਹੋ ਰਹੀ ਆ ਜਿੰਨਾ ਵੀ ਆਪਾਂ ਮਹਾਰਾਜ ਆਪਾਂ ਨੂੰ ਜਿਹਨੂੰ ਸੇਵਾ ਬਖਸ਼ਦਾ ਉਹਨੇ ਉਹਦਾ ਕਰਕੇ ਕਰਾਓ ਜਾਂ ਇੱਥੇ ਰਹਿ ਕੇ ਜਾਂ ਕੋਸੀ ਵੀ ਰਹਿ ਕੇ ਇਹ ਆਪਣੇ ਸਿਰ ਤੇ ਆਈ ਵੀ ਇਹ ਗੱਲ ਤੇ ਅਗਲੀਆਂ ਅਗਲੀਆਂ ਪੀੜ੍ਹੀਆਂ ਤੱਕ ਆਪਾਂ ਪਹੁੰਚਾਉਣੀ ਆ ਤੇ ਵੇਖ ਲਓ ਵੀ ਕਿਵੇਂ ਪਹੁੰਚਾਉਣੀ ਆ ਜੇ ਤੁਸੀਂ ਆਪਾਂ ਵੀ ਪਿੱਛੇ ੜਦੇ ਗਏ ਹੌਲੀ ਹੌਲੀ ਤੇ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕੁਝ ਨਹੀਂ ਤੇ ਇਹ ਕਾਇਮ ਹੋ ਕੇ ਇਹ ਵੀ ਜਿਵੇਂ ਹੋ ਸਕਦਾ ਆਪਾਂ ਵੱਧ ਤੋਂ ਵੱਧ ਉਸ ਨਾਲ ਕਰਕੇ ਤੇ ਇਧਰ ਲੱਗੀਏ ਚਲੋ ਬਾਕੀ ਸਾਰੇ ਆਪੋ ਆਪਣੇ ਸਦਯੋ ਜਿੰਨੇ ਵੀ ਕਰ ਸਕਦੇ ਆ ਜੇ ਕਿਸੇ ਨੂੰ ਕੋਈ ਮਹਾਰਾਜ ਬਖਸ਼ਦਾ ਬੁੱਧ ਤਾਂ ਆਪਣੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਪਾਈ ਨੂੰ ਛੱਤਰ ਸਿੰਘ ਜੀ ਫ੍ਰੀਜਰ